ਸਤਿ ਸ਼੍ਰੀ ਅਕਾਲ ਜੀ। ਲੱਗਿਆ ਹੋਇਆ ਥੋੜ੍ਹਾ ਇੱਧਰ ਸਫਾਈ ਕਰਨ ਅਤੇ ਰੂਟਾ ਵਿੱਟਰ ਨਾਲ ਥੋੜ੍ਹੇ ਖੱਡੇ ਖੁੱਡੇ ਨੇ ਉਹ ਭਰਨ ਲੱਗੇ ਹੋਏ ਆ। ਇੱਧਰ ਜਗ੍ਹਾ ਬਣਾਉਣੀ ਮਸ਼ੀਨ ਮੋੜਨ ਵਾਸਤੇ, ਪੱਤੀ ਘੁੰਮ ਕੇ ਇੱਧਰ ਦੀ ਆ ਜਾ ਕਰੂੰਗਾ। ਲੱਗਿਆ ਹੋਇਆ ਪ੍ਰੇਮ ਰਾਹ ਮਾਰ ਉਹ ਰੂਟਾ ਵਿੱਟਰ ਮਾਰ ਅਤੇ ਟਰਾਲੀਆਂ ਹਟਾਵਾਂਗੇ ਨਾਲ ਟਰੱਕ ਜਾਂ ਸਾਈਡ 'ਤੇ ਕਰ ਦਾਂਗੇ। ਆਹ ਦੇਖੋ ਜੀ ਉਹ ਲੱਗਿਆ ਹੋਇਆ ਜੀ ਪ੍ਰੇਮ ਬਹੁਤ ਆ ਜੀ ਕਰਨ ਲੱਗੇ ਆਪਣੇ ਟਰੱਕ ਜਗ੍ਹਾ ਥੋੜ੍ਹੀ ਆ ਨਾ ਮਸ਼ੀਨਾ ਮਤਲਬ ਜਗ੍ਹਾ ਹੈ ਨਹੀਂ ਇੱਥੋਂ ਆ ਦੇ ਪੱਟ ਬੰਨਦੇ ਤਾਂ ਆਇਆ ਕਰਨੀ ਮਸ਼ੀਨਾਂ ਘੁੰਮ ਕੇ ਇੱਧਰ ਵੀ ਐਂ ਆ ਗਈਆਂ ਐਂ ਥੋੜ੍ਹੀ ਘੁੰਮ ਕੇ ਐਂ ਦੇਣਗੀਆਂ ਕਰਨ ਖੜਾਈ ਚੱਲੀ ਸਰਵਿਸ ਫੈਕਟਰੀ ਬੰਦ ਤਾਂ ਕਰਨੀ ਵਾਲੀ ਉੱਧਰ ਲੱਗਿਆ ਹੋਇਆ ਪ੍ਰੇਮ ਟੂਟਾ ਵਿੱਟਰ ਮਾਰਨ ਹੋ ਰਹੀ ਆ ਸਫਾਈ ਜੀ। ਗੰਦਗੀ ਬਹੁਤ ਸੀ ਇੱਧਰ ਟੂਟਾ ਵਿੱਟਰ ਗਿੱਲਪ੍ਰੀਤ ਦਾ ਟਰਾਲਾ ਖੜਾ ਤਾਂ ਜੇ ਉਹਦੀ ਰਿਪੇਅਰ ਕੀਤੀ ਨਹੀਂ ਹੈਗੀ ਕਰਾਂਗੇ, ਹੋ ਸਕਦਾ ਜੇ ਪੇਕੀ ਤਾਂ ਠੀਕ ਆ ਨਹੀਂ ਤਾਂ ਫਿਰ ਰਿਪੇਅਰ ਤਾਂ ਕਰਨੀ ਪੈਣੀ। ਹੁਣ ਭਾਗ ਨੇ ਆਪਣੇ ਕੱਢਾਂਗੇ ਹਜੇ ਹਰੇ ਨੇ ਹਜੇ ਲੈ ਜਾਣਗੇ 15 ਦਿਨ ਰਾਤ ਘਾ ਜੰਮ ਗਿਆ ਅਖੜਾ ਜੀ 52 0 50 44। ਇਹਦੇ ਨਾਲ ਟਰਾਲੀ ਟੁਲੀਆਂ ਹਟਾਉਣ ਵਾਸਤੇ ਜਾਂਦਾ, ਟਰਾਲੀਆਂ ਕੋਲੋਂ ਜੀ ਸਫਾਈ ਵੀ ਕਰ ਦਾਂਗੇ। ਹੁਣ ਟਰਾਲੀਆਂ ਖੜੀਆਂ ਨੇ ਸਾਈਡ 'ਚ ਕਰਨੀਆਂ ਪੈਣੀਆਂ ਅਤੇ ਮਾਤਰੇ ਪੂਰਾ ਸਫਾਈ ਹੋ ਜਾਊਗੀ। ਚੱਲਦੇ ਜੀ ਟਰਾਲੀ ਹਟਾਉਣੇ ਚੱਲ ਕੇ ਦੇਖਣ ਦੇਖਦੇ ਰਾਹ ਨੂੰ ਦੇਖੇ ਹੀ ਜਾ ਕੇ ਬਿੱਲਾ ਤਾਂ ਨਹੀਂ ਖੇਤ ਸੂਤ ਦੇਖੇ ਹੀ ਹੈ ਹੈਗਾ 150 200 ਕਿੱਲੇ ਹੈਗੇ ਨੇ ਪੱਠੇ ਵਾਲੇ ਪਹਿਲਾਂ ਰਾਹ ਦੇਖੇ ਹੀ ਹੈ ਚੱਲਣਾ ਪੱਠਾ ਖੁੱਲੀ ਹੈ ਜੀ ਉਹਦੇ ਥੱਲੇ ਆ ਜੀ ਪਾਣੀ ਪੀਣ ਦਾ ਖੜਾ ਹੋਵੇ ਇਹ ਦੇਖੋ ਛੁਟਕਾ ਲਗਾ ਹੋਇਆ ਕਾਰਨ ਘਾਟ ਇਹਦੇ ਥੱਲੇ ਵਾਲਾ ਏਰੀਆ ਆ ਪੁਰਾਣਾ ਗੁਰਦੁਆਰਾ ਅਸੀਂ ਪਾਣੀ ਪੀ ਲਈਏ ਜਾਂ ਟਰਾਲੀ ਆ ਰਹਾ ਖੇਤ ਲਾ ਰਹੇ ਪਿੱਛੇ ਟੂਟੀ ਦੇ ਪਾਣੀ ਬਿਲਕੁਲ ਠੰਡਾ ਹੈ ਬਾਲਪੁਰ ਦਾ ਗੁਰਦੁਆਰਾ ਜੀ ਧੋਨੀ ਲੱਗਿਆ ਹੈ ਪਾਣੀ ਪੀਣ ਪਾਣੀ ਬਹੁਤ ਠੰਡਾ ਹੋ ਰਿਹਾ ਜੀ ਫ੍ਰੀਜ਼ਰ ਵਾਲਾ ਬਾਲਪੁਰ ਦਾ ਏਰੀਆ ਜੀ ਉਹ ਖੇਤ ਜਿਹੜਾ ਵੱਢਣਾ ਉਹ ਜਾ ਰਿਹਾ ਰਾਹ ਦੇਖਣ ਚੱਲੇ ਹਾਂ ਸਾਰਾ
ਨੇਪਾਲ ਚ ਰਹਿੰਦੀ ਹੈ। ਨੇਪਾਲ ਅੱਗੇ ਪੈਂਦਾ ਹੈ ਕ੍ਰਿਸ਼ਨਾ ਨਗਰ, ਆਹ ਬਾਲਪੁਰ ਅੱਗੇ ਤੋਂ ਕ੍ਰਿਸ਼ਨਾ ਨਗਰ, ਕ੍ਰਿਸ਼ਨਾ ਨਗਰ ਤੋਂ ਅੱਗੇ ਹੋਊਗਾ ਬਸਈ, ਬਸਈ ਤੋਂ ਅੱਗੇ ਬਾਲਪੁਰਾ ਨੇਪਾਲ। ਲਾਮਸਾਮ ਵੀ 5-7 ਦਿਨਾਂ ਦਾ ਹੀ ਕੰਮ ਸਟਾਰਟਿੰਗ ਹੀ ਆ। ਆਹ ਸਹੀ ਹੋਊਗਾ, ਪੜ ਦਾਂਗੇ ਫਿਰ। ਬਾਕੀ ਮੌਸਮ ਵੀ ਖਰਾਬ ਹੀ ਆ, ਮੀਂਹ ਪੈਣ ਤਿਆਰ ਆ। ਜੀ ਕ੍ਰਿਸ਼ਨਾ ਨਗਰ ਗੁਰਦੁਆਰੇ, ਇਹ ਤਾਂ ਗੁਰਦੁਆਰੇ ਤੋਂ ਬਹੁਤ ਅੱਗੇ ਲਿਆ ਆ। ਕ੍ਰਿਸ਼ਨਾ ਨਗਰ ਪਹੁੰਚ ਗਏ ਆ। ਨੇਪਾਲ ਜਾਣ ਵਾਸਤੇ ਇਹ ਪਿੰਡ ਵੇਦੀ ਜਾਊ, ਮੰਦਰ ਕੋਲ ਲੈ ਕੇ ਜਾਊਗਾ। ਹੋਲੀ ਕਰ ਪਿੰਡ ਆ ਕ੍ਰਿਸ਼ਨਾ ਨਗਰ। ਪੂਰੀ ਟਰਾਲੀ ਜਾ ਰਹੀ ਹੈ ਜੀ, ਜਗ੍ਹਾ ਵੀ ਥੋੜ੍ਹੀ ਆ ਸਾਈਡ ਸਾਈਡ ਜੀ। ਆਹ ਦੇਖੋ ਜੀ ਖਲਾਰ, ਆਹ ਨੇਪਾਲ ਤੋਂ ਆ ਰਹੇ ਜੀ ਪਾਣੀ ਇੱਧਰ ਆ ਕੀ ਜੀ। ਉਹ ਪਰਲਾ ਆ, ਇਹ ਰੁਕ ਕੇ ਵੱਢਾਂਗੇ। ਉਹ ਪਰਲੇ ਪਾਸੇ ਚਮਕ ਰਿਹਾ, ਉਹ ਵੱਢਣਾ। ਚਲੋ ਬਾਕੀ ਮਸ਼ੀਨ ਆ ਰਹੀ ਆ, ਫਿਰ ਬਣਾ ਲਾਂਗੇ ਕੁਛ ਘਰ। Purchase your tracks today.
ਕਿਵੇਂ ਜੀ ਚੱਲੇ ਸਮਾਨ ਸਾਫਟਣ ਦੇਖਦੇ ਕਿਹੜਾ ਸਮਾਨ ਹੈਗਾ ਕਿਹੜਾ ਨਹੀਂ ਚਾਹ ਪੀ ਲਵੇ ਹਾਂ ਦੇਖੋ ਜੀ ਬੈਠੇ ਟੀਮ ਪੂਰੀ ਹੁਣ ਖੜੋ ਲੱਗੇ ਹੋਏ ਜੀ ਸਮਾਨ ਸਾਫਟਣ ਆਹ ਦੇਖੋ ਆਹ ਦੇਖੋ ਜੀ ਸਮਾਨ ਸਾਫਟਣ ਲੱਗਾ ਹੋਇਆ ਕਈ ਵਾਰ ਸਮਾਨ ਹੁੰਦਾ ਹੈ ਪਤਾ ਨੀ ਲੱਗਦਾ ਹੈ ਸਭ ਨਵਾਂ ਸਮਾਨ ਨਾਲ ਛੰਡ ਜਾਂਦੇ ਅੱਧੇ ਤੋਂ ਵੱਧ ਹੀ ਸਮਾਨ ਥੱਲੇ ਗਿਆ ਕਈ ਵਾਰ ਸਮਾਨ ਹੁੰਦਾ ਆ ਦਿਖਦਾ ਹੈ ਨੀ ਨਵਾਂ ਲਿਆ ਲਿਆ ਪਾਉਂਦਾ ਤਿਆਰੀ ਹੈ ਜੀ ਘਰ ਨੂੰ ਜਾਣ ਦੀ ਰਿਪੇਅਰ ਹੋ ਗਿਆ ਕੰਮ ਨਿੱਲ ਰਿਪੇਅਰ ਦਾ ਲਾ ਦੀਆਂ ਮਸ਼ੀਨਾਂ ਖੜੀਆਂ ਕਰਤੀਆਂ ਅੱਗੇ ਵੱਢ ਕੇ ਆਏ ਮੀਂਹ ਵੱਢ ਕੇ ਆਇਆ ਜੰਟਾ ਮੀਂਹ ਬਹੁਤ ਤੇਜ਼ ਪਿਆ ਠੀਕ ਆ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਜੈ